ਸ਼ੋਰ ਕੀਤੀ ਪਏ ਮੇਰੀ ਆਵਾਜ਼ ਰਾ ਤੁਹਾਨੂੰ ਘਾਟਾ ਨਹੀਂ ਪਈ ਸੀ ਜਿਹੜੀ ਸ਼ਾਪ 'ਤੇ ਮੈਂ ਕਿਹਾ ਬੈਠਾ ਉਸ ਸਵੇਰ ਸਾਹਿਬਾਂ ਦੀ ਦੁਕਾਨ ਹੈ ਪਈ ਮੇਰੀ ਦੁਕਾਨ ਹੈ ਬਾਜ਼ਾਰ ਨਹੀਂ ਤਾਂ ਆਇਆ ਬੈਠਾ ਮੈਂ ਪੰਜਾਂ ਵਾਲੀ ਠੀਕ ਕਰਾਂਗਾ ਉਸਤਾਦ ਚੈੱਕ ਕਰਨ ਦੇ ਪੈਸੇ ਸਾਧ ਹੋਣੀ ਖੋਲੀ ਪੈਣ ਜਿਹੜਾ ਜਿਹੜਾ ਨੁਕਸ ਹੈ ਉਹ ਮਿੰਟ ਮਾਰੇ ਨੇ ਕੱਟ ਸੱਟੇ ਨੇ ਆਦੇ ਨੇ ਜਿਸ ਕਾ ਕੰਮ ਸੀ ਕੋ ਸਾਂਝੇ ਬਿਲਕੁਲ ਹੀ ਮਹਿੰਗਾ ਲੈਂਦੀ ਜਿਹੜੀ ਪਾਣੀ ਵਾਲੀ ਮੋਟਰ ਆਈ ਉਹ ਡੇਢ ਸਹੀ ਪਿਆ ਦੇਦੇ ਪਏ ਸ਼ਾਪਰ ਜ ਮੈਂ ਕੋ ਪਾਜ ਦਿਨ ਆ ਕੇ ਵੰਜ ਬਈ ਨਵੀਂ ਗਿਨਾ ਆ ਕਿ ਨਹੀਂ ਐਕਸਪਾਇਰ ਥੀ ਕਿ ਨਹੀਂ ਚੱਲਦੀ ਨਾ ਇਹ ਬਣਦੀ ਹੁੰਦੀ ਹੈ ਅਤੇ ਵੀ ਆ ਬਟਨ ਹੈ ਵੀ ਆ ਬਟਨ ਆ ਕੇ ਨਵਾਂ ਕੀਤੀ ਇਹਦੇ ਨਾਲ ਦਾ ਹੁਣ ਚੱਲਦੇ ਪੈਸੇ ਨਵਾਂ ਗਿਣਦੇ ਸੇ ਜਿੱਥੋਂ ਬਿਜਲੀ ਵਾਲਾ ਸਮਾਨ ਅੱਗੇ ਗਿਣ ਗਿਆ ਮੈਂ ਹੁਣ ਉੱਥੇ ਹੀ ਵੇਂਦਾ ਪਿਆ ਉੱਥੋਂ ਗਿਣਦਾ ਵੈਲਕਮ ਬੈਕ ਪਿਆਰੇ ਵਿਵਾਰ ਚੈੱਕ ਕਰੋ ਇਸ 'ਤੇ ਮੈਂ ਆਪਣਾ ਬਾਜ਼ਾਰ ਇਹ ਜਿਹੜੀ ਸੜਕ ਕੰਡਰ ਰੋਡ ਮਸ਼ਹੂਰ ਹੈ ਇਹਦੇ ਵੇਂਦੀ ਪਈ ਅੱਗਾਂ ਅਤੇ ਮੈਂ ਹੀ ਤਾਂ ਆਇਆ ਆਪਣਾ ਮੋਟਰਸਾਈਕਲਿਆਂ ਵਾਲੇ ਕੋਲੋਂ ਮੇਰੀ ਬਾਈਕ ਨਾਲ ਮਸਲਾ ਠੀਕ ਹੈ ਮਸਲਾ ਜਿਹੜਾ ਠੀਕ ਹੈ ਇਹ ਤੋਂ ਵਿਵਾਰ ਜਿਹੜਾ ਹੈ ਨਾ ਬ੍ਰੇਕ ਵਾਲਾ ਸਪਰਿੰਗ ਇਹ ਗਏ ਤਰੁੱਟ ਵਿਵਰ ਦੇ ਪਏ ਇਹ ਖੜੇ ਸੀ ਅੱਲਾ ਕੋ ਪਿਆਰਾ ਠੀਕ ਹੈ ਇਹ ਪਵੇਂ ਦੇ ਪੈਸੇ ਨਵਾਂ ਉਸਾ ਜੀ ਸਭ ਪਾ ਦਿੰਦੇ ਸਪਰਿੰਗ ਸਪਰਿੰਗ ਸਭ ਪਾ ਦਿਓ ਉਹ ਸਾਧ ਹੋਣੀ ਨਵਾਂ ਪਾ ਦਿੰਦੇ ਪੈਣ ਇਸ ਤੋਂ ਟਾਇਟ ਤਾਂ ਨਹੀਂ ਅੱਗੇ ਜਿਹੜਾ ਨਾ ਉਹ ਫੁੱਲ ਟਾਇਟ ਹੈ ਤਰੁੱਟ ਗਏ ਇਹ ਢਿੱਲਾ ਹੈ ਜਾ ਚਲੋ ਮਾਸ਼ਾ ਅੱਲਾ ਇਹ ਵਿਵਰ ਚੈੱਕ ਕਰੋ ਇਹ ਗਏ ਤਰੁੱਟ ਸਾਧ ਹੋਣੀ ਹੁਣ ਨਵਾਂ ਪੈਂਦੇ ਪੈਣ ਬੈਕ ਵਿਵਾਰ ਫੈਨਲੀ ਵਾਪਸ ਆ ਗਈਆਂ ਇਹ ਜਿਹੜਾ ਬਟਨ ਹੈ ਅਤੇ ਮੋਟਰ ਇਹ ਪੁਰਾਣੀ ਹੈ ਨਵਾਂ ਬਟਨ ਉਸਾਦ ਹੋਣੀ ਲੈਂਦੇ ਪੈਣ ਅਤੇ ਮੋਟਰ ਹੀ ਦੇਦੇ ਪਏ ਪੱਖੇ ਦੇ ਵਿੱਚ ਰੱਖੀ ਬੈਠਣ ਇਹ ਫਿਟ ਸ਼ਿਟ ਕਰਦੇ ਪੈਣ ਵੈਲਕਮ ਬੈਕ ਪਿਆਰੇ ਵਿਵਾਰ ਇਸ ਟਾਈਮ ਮੈਂ ਪਹੁੰਚਾ ਆਪਣਾ ਬਾਜ਼ਾਰ ਪੱਖਾ ਸੈੱਟ ਕਰਵਾਉਂਦਾ ਵਾ ਤਾਂ ਮੈਂ ਪੱਖਾ ਸੈੱਟ ਸ਼ੈਟ ਕਰਾ ਕੇ ਕਿਉਂਕਿ ਕੰਮ ਹੀ ਮਸਰੂਫ ਆ ਤਾਂ ਮੈਂ ਵੀਡੀਓ ਨਹੀਂ ਬਣਾ ਸਕਿਆ ਪੱਖੇ ਕੋਲ ਘਰ ਛੱਡ ਕੇ ਮੈਂ ਵੀਆ ਕੰਮ ਜਲਦੀ ਜਲਦੀ ਦੇ ਬਾਅਦ ਮੈਂ ਵਾਪਸ ਆ ਗਿਆ ਆਪੋ ਹੋਣੀ ਕੋਈ ਆਉਣਾ ਆਪੋ ਹੋਣੀ ਕੋਈ ਗਿਣਾ ਆ ਹੁਣ ਭਾਈ ਹੁਣ ਦੀ ਦੁਕਾਨ ਦੀ ਤਾਂ ਅਸਾਂ ਆਏ ਬੈਠੇ ਸੀ ਸੁਣੋ ਪਿਆਰੇ ਬਈ ਕੀ ਹਾਲ ਹੈ ਠੀਕ ਹੋ ਇੱਥੇ ਜੀ ਮੈਂ ਬੈਠਿਆ ਸੀ ਮੈਂ ਜੇਬ ਵਿੱਚ ਹੱਥ ਮਾਰੇ ਮੈਂ ਕਿ ਮੇਰੀ ਬਾਈਕ ਦੀ ਚਾਬੀ ਕਿਤੇ ਬਾਈਕ ਦੀ ਚਾਬੀ ਗੁੰਮ ਠੀਕ ਹੈ ਇੱਥਾਂ ਦੇ ਗੋਲੀ ਸੀ ਇੱਥਾਂ ਨਹੀਂ ਲੱਦੀ ਵੀਰਾ ਇਡੋ ਸਾਰਾ ਤੁਸੀਂ ਡਿੱਠੇ ਜੀ ਅਸੀਂ ਸਾਰੇ ਡਿੱਠੇ ਬਈ ਅੱਛਾ ਬਾਹਰ ਦੇਦੇ ਆ ਬਾਈਕ ਦੇ ਵਿੱਚ ਤਾਂ ਨਹੀਂ ਖੜੀ ਵਿਵਾਰ ਸਾਰੇ ਨਾਲ ਸੈਡ ਨਿਊਜ਼ ਸੀ ਕਿ ਅੱਲਾ ਖੈਰ ਕਰੇ ਜਾਂ ਚਾਬੀ ਲੱਭ ਵਣੀ ਉਹ ਵਿਵਾਰ ਇੱਥਾਂ ਚਾਬੀ ਕੋਈ ਨਹੀਂ ਬਿਨਾਂ ਜੋ ਚਾਬੀ ਡਿੱਠੀ ਆਵੇ ਬਾਈਕ ਇਹ ਨਹੀਂ ਮਿਖੜਾ ਗਿਆ ਹਾਂ ਚਾਬੀ ਪਤਾ ਨਹੀਂ ਕਿੱਥਾਂ ਰੱਖੀ ਮੈਂ ਬੋਤਲ ਗਿਣਨ ਗਈਆਂ ਉਹ ਦੁਕਾਨ ਵਾਲੇ ਕੋਲ ਪਤਾ ਕਰਨਾ ਸ਼ਾਇਦ ਉੱਥਾਂ ਨਾਲ ਸੱਟ ਆਇਆ ਹਾਂ ਇੱਥਾਂ ਡਿੱਠੇ ਸੀ ਇੱਥਾਂ ਕਹਿ ਨਹੀਂ ਪਹਿਲੇ ਜੋ ਬਾਹਰ ਬੈਠਾ ਰਹਿ ਗਿਆ ਕੁਰਸੀ 'ਤੇ ਵਾਲੇ ਜੋ ਅੰਦਰ ਬੈਠੇ ਰਹਿ ਗਏ ਸੀ ਜਿੱਥੋਂ ਕਿਉਂਕਿ ਮੈਂ ਬੋਤਲ ਗਿਣ ਗਿਆ ਫਰਿੱਜ ਵਾਲੇ ਕੋਲੋਂ ਇਹਨਾਂ ਕੋਲ ਸੁਣੋ ਪਿਆਰੇ ਬਾਈ ਕਿਆ ਹਾਲ ਹੈ ਠੀਕ ਹੋ ਤਬੀਅਤ ਸੀ ਠੀਕ ਹੈ ਯਾਰ ਇੱਥੋਂ ਤੁਹਾਡੇ ਕੋਲ ਬੋਤਲ ਆਣ ਕੀਤੀ ਮੈਂ ਚਾਬੀ ਇੱਥੇ ਰੱਖ ਤਾਂ ਨਹੀਂ ਗਿਆ ਬਾਈ ਕਾਲੀ ਚਾਬੀ ਮਾਸ਼ਾਅੱਲਾ ਬਸ ਚਾਬੀ ਚਾਹ ਦੇ ਯਾਰ ਮੈਂ ਤਾਂ ਬਹੁਤ ਪਰੇਸ਼ਾਨ ਸੀ ਵਦਾਂ ਵਿਵਾਰ ਮੈਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਕਿ ਮੈਂ ਕਿ ਚਾਬੀ ਗੁੰਮ ਸੀ ਗਈ ਚੱਕ ਮਾਸ਼ਾਅੱਲਾ ਮੁਬਾਰਕਾਂ ਮਿਹਰਬਾਨੀ ਭਾਈ ਜਾਨ ਮਿਹਰਬਾਨੀ ਛੋਟੇ ਭਾਈ ਕਮਾਲ ਮਿਹਰਬਾਨੀ ਪਰ ਤੁਹਾਕੋ ਮੈਂ ਬਾਜ਼ਾਰ ਵਾਲੇ ਰੋਡ ਦਾ ਨਜ਼ਾਰਾ ਚੈੱਕ ਕਰਾਵਾਂ ਕਿਉਂਕਿ ਪਹਿਲੇ ਚਾਬੀ ਦੀ ਇੰਜ ਵਧਾ ਮੈਂ ਤੁਹਾਕੋ ਰੋਡ ਨਹੀਂ ਮੈਂ ਦਿਖਾ ਸੀ ਵੀਵਰ ਚੈੱਕ ਕਰੋ ਹੁਣ ਮੈਂ ਇਸ ਟਾਈਮ ਮੈਂ ਆਖਣਾ ਇਲੈਕਟ੍ਰੋਨਿਕਸ ਦੀ ਸ਼ਾਪ 'ਤੇ ਵੀਵਰ ਚੈੱਕ ਕਰੋ ਸੋਲਰ ਵਾਲੇ ਪੰਖੇ ਪਲੇਟਾਂ ਮਦਾਣੀਆਂ ਅਤੇ ਬਾਕੀ ਇਹ ਕਿਆ ਥੀ ਗਿਆ ਵਾਸ਼ਿੰਗ ਮਸ਼ੀਨਾਂ ਅਤੇ ਚੁੱਲ੍ਹੇ ਮੂਲੇ ਅਤੇ ਚੀਜ਼ਾਂ ਅਤੇ ਅੰਦਰ ਦਾ ਮਾਹੌਲ ਚੈੱਕ ਕਰੋ ਫਰਿੱਜ ਮਰਿੱਜ ਭਾਈ ਹੁਣ ਤਾਂ ਬਾਏ ਕਸਟਮਰ ਆ ਗਏ ਬੈਂਟਰੀ ਸ਼ੈਂਟਰੀ ਦੇਦੇ ਪਏ
ਤੇ ਮੈਂ ਹੁਣ ਤੁਹਾਨੂੰ ਦੁਕਾਨ ਦਾ ਦੂਜਾ ਹਿੱਸਾ ਦਿਖਾਵਾਂ ਵੀਵਰ, ਚੈੱਕ ਕਰੋ ਇਹ ਜਿਹੜੇ ਨਾ ਇਹ ਫਰੇਮ ਹੀ ਵੀਵਰ ਲੂਹੇ ਵਾਲੇ, ਚੈੱਕ ਕਰੋ ਕਿਉਂਕਿ ਪਹਿਲੇ ਨਾ ਇਹ ਜਿਹੜੇ ਸ਼ੁਕੇਸ ਸਰੇਂਦਨ ਜਸਦੇ ਇਹਨੇ ਕੋਲ ਅਲਮਾਰੀਆਂ ਇਹ ਅੱਗੇ ਬਣੇ ਲੱਕੜ ਵਾਲੇ ਵੀਵਰ, ਚੈੱਕ ਕਰੋ ਇਹਦੇ ਸਾਰੇ ਅਲਮਾਰੀਆਂ ਬਕਸੇ ਸ਼ਕਸੇ ਬਣੇ ਖੜਨ, ਪੇਟੀਆਂ ਸ਼ੇਟੀਆਂ ਬਣੀਆਂ ਪੈਣ ਅਤੇ ਵਿਕਦੀਆਂ ਪੈਣ, ਵਾਹ ਵੀ ਵਾਹ, ਚੈੱਕ ਕਰੋ ਵੀਵਰ ਹਰ ਇਹਦੀ ਆਪਣੀ ਆਪਣੀ ਕਿਸਮ ਹੈ, ਆਪਣਾ ਆਪਣਾ ਡਿਜ਼ਾਇਨ ਹੈ ਵੀਵਰ, ਚੈੱਕ ਕਰੋ ਕਿਆ ਹੀ ਬਾਤ ਹੈ, ਦਰਮਿਆਨ ਚੱਕ ਸ਼ੀਸ਼ਾ ਵੀ ਲੱਗਾ ਹੈ ਵੀਵਰ ਦੇ ਤੇ ਪਏ ਵੇ, ਚੈੱਕ ਕਰੋ ਅਤੇ ਹੁਣ ਇੱਕ ਖੋਲ੍ਹ ਕੇ ਚੈੱਕ ਕਰਦੇ ਸੇ ਕਿਸ ਤਰ੍ਹਾਂ ਦੀ ਹੈ ਵੀਵਰ, ਤੁਸਾਂ ਵੀ ਮਸ਼ਵਰਾ ਦਿਓ ਅਗਰ ਬਿਰਾਤ ਵਾਲੇ ਕੋਈ ਪਸੰਦ ਆ ਗਈ ਤਾਂ ਵਾਲੀ ਇਹ ਲੂਹੇ ਵਾਲੀ ਗਿਣ ਗਿਣ ਸੀ ਨਾ ਤਾਂ ਵਾਲ ਲੱਕੜ ਵਾਲੀ ਬਣਵੇ ਸੋ, ਲੇਕਿਨ ਅੱਜ ਕੱਲ੍ਹ ਦਾ ਜਿਹੜਾ ਰਿਵਾਜ ਆ ਗਿਆ ਨਾ ਲੱਕੜ ਵਾਲੀ ਕੋਈ ਨਹੀਂ ਬਣਵਾਉਂਦਾ, ਹਰ ਕੋਈ ਉਹ ਲੂਹੇ ਵਾਲੀ ਗਿਣਦੇ। ਅੱਛਾ ਇਹਦਾ ਲਾਕ ਠੀਕ ਹੈ, ਚਾਬੀ ਵਾਲਾ ਇਹ ਜਿਹੜੀ ਜਗ੍ਹਾ ਨਾ ਵੀ ਵਰਦੇ ਤੇ ਪਏ ਵੇ, ਇਹ ਕੱਪੜੇ ਵਾਲੀ ਸੀ ਵੇ ਕੱਪੜੇ ਇੱਥੇ ਟੰਗਣ ਵਾਸਤੇ, ਇਹ ਉਤੋਂ ਇਹਦਾ ਹੁੱਕ ਵੀ ਬਣਿਆ ਸੀ ਕਿਉਂਕਿ ਮੈਂ ਲਾਈਟ ਆਨ ਕੋਈ ਨਹੀਂ ਕੀਤੀ ਖੜਾ ਮੋਬਾਈਲ ਦੀ ਲਾਈਟ ਆਨ ਕਰਨ ਦੇ ਸੇ, ਇਹ ਹੁਣ ਚੈੱਕ ਕਰੋ ਵੀ ਵਾਰੀ ਦੇਤੇ ਪਏ ਵੇ, ਮੈਂ ਹੁਣ ਫਲੈਸ਼ ਲਾਈਟ ਆਨ ਕੀਤੀ ਮੀ ਕਿਉਂਕਿ ਦੁਕਾਨ ਵਿੱਚ ਅੰਦਰ ਰਿਹਾ ਅੰਧੇਰਾ, ਬੱਲਾ ਬਲਦੇ ਕੋਈ ਨਹੀਂ ਖੜੇ, ਸਾਹਮਣੇ ਬਾਹਰ ਬੱਲਾ ਬਲਦਾ ਖੜੇ ਬਸ, ਇਹਦੋ ਤੱਕ ਮੈਂ ਦਿਖਾਵਾਂ ਖਾਨੇ, ਚੈੱਕ ਕਰੋ ਵੀ ਵਾਰ ਇੱਕ ਡੂ ਅਤੇ ਤਲਵਾਂ ਤਰਾਏ ਖਾਨੇ, ਇਹ ਇਹਦੇ ਬੰਦਾ ਸਮਾਨ ਸਮਾਨ ਰੱਖ ਸਕਦੇ, ਕੱਪੜੇ ਇਸਤਰੀ ਕਰਕੇ ਉਹ ਰੱਖ ਸਕਦੇ, ਤਹਿ ਕਰਕੇ ਇਹਦਾ ਵੀ ਲਾ ਕੇ ਵੀਵਰ ਚੈੱਕ ਕਰੋ, ਇਹਦਾ ਜਿਹੜਾ ਸ਼ੀਸ਼ਾ ਵੀਵਰ ਇਸ ਸਾਈਡ 'ਤੇ ਹੀ ਵੇ, ਕੁਝ ਜਿਹੜੇ ਹਨ ਉਹਨਾਂ ਦਾ ਕਹਿੰਦਾ ਦਰਮਿਆਨ 'ਚ ਆਵੇਂਦਾ, ਕਹਿੰਦਾ ਰਾਈਟ ਸਾਈਡ ਕੋਲੋਂ ਆਵੇਂਦੇ, ਕਹਿੰਦਾ ਲੈਫਟ ਸਾਈਡ ਕੋਲੋਂ ਆਵੇਂਦੇ, ਇਹਦਾ ਦੇਖੋ ਲੈਫਟ ਸਾਈਡ ਕੋਲੋਂ ਹੈ ਸ਼ੀਸ਼ਾ ਜਿਹੜੀ ਇਹ ਅਲਮਾਰੀ ਹੈ, ਇਹਦਾ ਸ਼ੀਸ਼ਾ ਆਈ ਵੇ ਵੀਵਰ ਰਾਈਟ ਸਾਈਡ ਕੋਲੋਂ, ਚੈੱਕ ਕਰੋ ਅਸਾਂ ਦੇ ਪੈਸੇ ਇਹ ਅਲਮਾਰੀ ਦਾ ਵਿਜ਼ਿਟ ਕਰਨ ਦੇ ਪੈਸੇ, ਹੁਣ ਤਲਵੇ ਖਾਨੇ ਦੇ ਦੇ ਇਹਦਾ ਹੀ ਲਾ ਕੇ ਵੀਵਰ, ਇਹਦਾ ਦੇ ਦੇ ਵੀ ਇਹਦਾ ਕਿਆ ਅੰਦਰ ਦਾ ਨਿਜ਼ਾਮ ਹੈ, ਚੈੱਕ ਕਰੋ ਵੀਵਰ ਉੱਤੋਂ ਇਹ ਖਾਨਾ ਹੈ, ਇਹਦੇ 'ਚ ਸਮਾਨ ਸਮਾਨ ਰੱਖੇ ਬੰਦਾ ਕੱਪੜੇ ਜਾਂ ਕੋਈ ਔਰ ਚੀਜ਼, ਅਤੇ ਤਲੇ ਤਿਜੋਰੀ ਵੀ ਸੀ ਵੇ ਵੀਵਰ, ਤੁਹਾਨੂੰ ਵੀਵਰ ਤਿਜੋਰੀ ਦੇ ਦਰਵਾਜ਼ੇ ਦਿਖਾਵਾਂ, ਮੇਨ ਤਾਂ ਇਹ ਠੀਕ ਆ, ਇਸ ਤੋਂ ਬਾਅਦ ਇੱਕ ਇਹ ਇੱਕ ਵਾਲੇ ਕੋ ਅੰਦਰ ਖਾਨਾ ਵਾਲੂ ਨੇ ਅੰਦਰ ਇੱਕ ਬਈ ਤਿਜੋਰੀ, ਤੀਜਾ ਦਰਵਾਜ਼ਾ ਇਹ ਵੇ ਵੀਵਰ ਤੀਜਾ ਦਰਵਾਜ਼ਾ, ਵਾਹ ਵੀ ਵਾਹ, ਨਿਕਲਦੀ ਹੈ ਬਹਿਰ ਹਾਂ ਨਿਕਲ ਜੋ ਓਟ, ਇਹਦੇ ਤਲੇ ਵੀ ਵੀਵਰ ਹੀ ਵੇ ਖਾਨਾ ਤਿਜੋਰੀ ਦਾ, ਤਲੇ ਵੀ ਆਪਣਾ ਸਮਾਨ ਸਮਾਨ ਰੱਖ ਸਕਦੇ ਵੇ, ਇਹ ਦਰਾਜ ਮੈਂ ਖੁੱਲ ਸੀ ਔਰ ਬਹਿਰ ਸਾਰਾ ਕੱਢਣਾ ਪਊ ਸੀ, ਵਾਲੋ ਤਿਜੋਰੀ ਦਾ ਮੂੰਹ ਓਪਨ ਥੀ ਸੀ, ਇਸ ਤਰ੍ਹਾਂ ਅਗਰ ਬੰਦਾ ਕੋਈ ਥੋੜ੍ਹਾ ਜਿਹਾ ਖੋਲ੍ਹੇ ਕਹੀਂ ਕੋਈ ਪਤਾ ਹੀ ਨਾ ਹੋ ਸੀ ਵੀ ਤਲੇ ਵੀ ਤਿਜੋਰੀ ਹੈ ਜਾਂ ਕੋਈ ਨਾ, ਉਹਨੇ ਕੋਈ ਬੰਦ ਕਰਦੇ ਸੀ, ਅਤੇ ਹੁਣ ਇਹ ਖਾਨਾ ਦੇਖਦੇ ਸੀ ਇਹਦਾ ਵੀ ਵੀਵਰ ਲਾ ਕੇ ਲੱਗਦੇ ਲਾ ਕੇ ਨਾ ਬੰਦ ਹੈ, ਇਹ ਵੀ ਸ਼ਾਇਦ ਹੋ ਸਕਦਾ ਕਿ ਤਿਜੋਰੀ ਟਾਈਪ ਬਣਿਆ ਹੋਵੇ ਅੰਦਰ ਚਾਬੀਆਂ ਦਾ ਪੈਣ ਬਸ ਅੰਦਰ, ਕਿਉਂਕਿ ਇਹ ਗਰਮੀ ਪੱਖਾ ਸ਼ੱਖਾ ਹੈ ਕੋਨਾ, ਤੁਹਾਨੂੰ ਪਤਾ ਗਰਮੀ ਦਾ ਸੀਜ਼ਨ ਹੈ, ਬਸ ਇਹਦੇ ਅਸੀਂ ਵਿਜ਼ਿਟ ਨਹੀਂ ਕਰਦੇ, ਇਹਦਾ ਵਿਜ਼ਿਟ ਕਰਦੇ ਨਾ ਇਹ ਵੀ ਸੇਮ ਹੈ ਜਿਹੜੀ ਇਹ ਨਾ ਇਹ ਡਿਫਰੈਂਟ ਹੈ, ਇਹ ਕੋ ਚੈੱਕ ਕਰਦੇ ਸੀ ਕਿਉਂਕਿ ਇਹਦਾ ਸ਼ੀਸ਼ਾ ਰਾਈਟ ਸਾਈਡ ਕੋਲੋਂ ਇਹੋ ਖੁੱਲਦੇ ਸੀ, ਕਿਉਂ ਸੋਰੀ ਸੋਰੀ ਵੀਵਰ ਇਹ ਤਾਂ ਵੱਡੀ ਹੈ ਭਾਈ ਉਹ ਹੀ ਛੋਟੀ, ਇਹਦਾ ਸ਼ੀਸ਼ਾ ਦਰਮਿਆਨ ਚ ਵੀਵਰ, ਇਹਦੇ ਪਿੱਛੋਂ ਖਾਨੇ ਪਏ ਤਰਾਏ ਖਾਨੇ, ਇਹ ਕੁਛ ਚੈੱਕ ਕਰਦੇ ਸੀ ਵੀ ਇਹ ਸਾਈਡ ਹੀ ਵੇ ਕੱਪੜਿਆਂ ਵਾਲੀ, ਇਹ ਤਾਂ ਕੱਪੜੇ ਬੰਦਾ ਖੜਾ ਸਕਦੇ ਹੈਂਗਰ ਵਿੱਚ, ਇਹ ਤਾਂ ਵੱਡੀ ਹੈ ਵੀਵਰ ਪਿਆਰੇ ਵੀਵਰ ਦੇਖ ਰਹੇ ਹੋ, ਓ ਇਹ ਵੀਵਰ ਡੱਬਾ ਲੈ ਚੀ ਵੇ ਇਹ ਕੱਪੜੇ ਡੋ, ਮਤਲਬ ਕਿ ਜਿਵੇਂ ਡੂ ਮੀਆਂ ਬੀਵੀ ਹੋਵੇ ਨਾ ਵੀਵਰ, ਗਰਮੀ ਚੈੱਕ ਕਰੋ ਇਤਨਾ ਗਰਮੀ ਮੈਂ ਬਹੁਤ ਜ਼ਿਆਦਾ ਗਰਮੀ ਠੀਕ ਹੈ ਕਿਉਂਕਿ ਅੰਦਰ ਪੱਖਾ ਹੈ ਕਹਿੰਦਾ, ਮੈਂ ਤੁਹਾਡੀ ਖਾਤਰ ਵੀਡੀਓ ਬਣਾਉਂਦਾ ਪਿਆਂ ਕਿ ਤੁਹਾਨੂੰ ਕੋਈ ਦਿਖਾ ਸਕਾਂ, ਅਤੇ ਮੇਰਾ ਮੂਡ ਇਹ ਅਲਮਾਰੀ ਗਿਨਣ ਵਾਸਤੇ, ਮੈਂ ਕੋਈ ਮਸ਼ਵਰਾ ਦਿਵਾ ਕਿ ਮੈਂ ਕਿਆ ਕਰਾਂ ਕਿਹੜੀ ਗਿਣਾਂ, ਉਹ ਜਿਹੜੀ ਉਹ ਛੋਟੀ ਹੈ ਉਹਦੇ 'ਚ ਨਾ ਜਿਹੜੀ ਇਹ ਹੈ ਵੀ ਇੱਕ ਡਿਜ਼ਾਇਨ ਮੈਂ ਵੇਂਦਾ ਪਏ, ਉਹਦੇ 'ਚ ਕੱਪੜਿਆਂ ਵਾਲੀ ਇੱਕ ਅਲਮਾਰੀ ਹੈ ਅਤੇ ਇਹਦੇ 'ਚ ਦੋ ਕੱਪੜਿਆਂ ਵਾਲੇ ਹਨ ਪਏ, ਇੱਕ ਕਿਲੋ
ਮਿਸਾਲ ਤੌਰ ਜਿਵੇਂ ਮੀਆਂ ਬੀਵੀ ਹੋਵੇ ਨਾ, ਪਤਾ ਜੀ ਉਹਨਾਂ ਦੀ ਨਾ ਬਣਦੀ ਹੋਵੇ, ਇੱਕ ਸਾਈਡ ਮਤਲਬ ਉਹ ਆਪਣੇ ਕੱਪੜੇ ਖੜਾ ਕਰੇ ਮਾਰਦੇ, ਇੱਕ ਸਾਈਡ ਬੀਵੀ ਖੜੇ ਕਰੇ, ਦਰਮਿਆਨ 'ਚ ਆਪਣੇ ਕੱਪੜੇ ਛੱਪੜੇ ਕੋਈ ਸੈਟਿੰਗ ਸ਼ੈਟਿੰਗ ਕੋਈ ਹੋਰ ਸਮਾਨ ਹੋਵੇ ਜਾਂ ਤਹਿ ਕਰਕੇ ਰੱਖਣੇ ਹੋਵੇ ਇੱਥਾਂ, ਅਤੇ ਤਲੇ ਮੈਂ ਤੋਂ ਕੋਈ ਤਲਵੇਂ ਖਾਨੇ ਵੀ ਦੇਖਿਆ, ਇਹਨਾਂ ਦਾ ਵਿਜ਼ਿਟ ਹੀ ਕਰਦੇ ਸੀ, ਇਹਦਾ ਵੀ ਲਾ ਕੀ ਵੇ ਵੀ ਪਰ ਸ਼ੀਸ਼ੇ ਦੇ ਤਲੇ ਵਾਲੇ ਖਾਨੇ ਦਾ ਦੇਦੇ ਪਏ ਵੇ। ਆਓ ਜੀ, ਇਹਦੇ 'ਚ ਵੀ ਜਗ੍ਹਾ ਹੀ ਵੇ, ਤਿਜੋਰੀ ਵਾਲੀ ਜਗ੍ਹਾ ਵੀ ਹੀ ਵੇ, ਸੇਮ ਟੂ ਸੇਮ ਵੈਸੇ ਜੇ ਬਈ ਡਿੱਠੀ ਸੀ, ਇਹਦਾ ਵਿਜ਼ਿਟ ਕਰਾਂਗੇ, ਇਹ ਕੋਈ ਲਾ ਕੇ ਇਹ ਕੋਈ ਲਾ ਕੇ, ਵਾਹ ਵੀ ਵਾਹ, ਇਹ ਚਾਬੀ ਇਹਦੇ ਵਿੱਚ ਅੰਦਰ ਪਈ, ਬਾਈ ਕੋਈ ਨਹੀਂ ਸਕੂਲਾਂ ਦੇ ਗਰਮੀ ਹੈ, ਇੱਥੋਂ ਦੂ ਫਰਿੱਜ ਹੀ ਰੱਖੀ ਪੈਣ ਵੀ ਵੱਡੇ 'ਤੇ ਪਏ ਵੀ ਇਹਨਾਂ ਦੇ ਉੱਤੇ ਹੇਅਰ ਕੰਪਨੀ ਦੇ, ਅਤੇ ਉਹ ਦੁਕਾਨ ਦਾ ਵਿਜ਼ਿਟ ਕਰਨ ਦੇ ਪੈਸੇ ਉੱਥੋਂ, ਕਿਉਂਕਿ ਕਸਟਮਰ ਆਏ ਖੜੇ ਨਾਲ ਉਹ ਤਾਂ ਸ਼ੁਰਤਾ ਹੈ, ਜਿਵੇਂ ਜਦੋਂ ਮੈਂ ਤੁਹਾਨੂੰ ਜ਼ਿਆਦਾ ਖੁੱਲ ਡੁੱਲ ਕੇ ਨਹੀਂ ਵੀ ਦਿਖਾ ਸਕਦੇ, ਉੱਥੇ ਹੀ ਕਾਫੀ ਸਾਰਾ ਸਮਾਨ ਮੇਰੇ ਯਾਰ, ਸਾਰਾ ਮੱਖਣ ਉੱਥੇ ਮਸਰੂਫ ਹੈ, ਮੱਖਣ ਜਲਦੀ ਕਹਿ, ਮੱਖਣ ਮੁਨਾਰੇ ਨਾਲ ਲੋਕ ਖੜੇ, ਮੱਖਣ ਐ ਮੂੰਹ ਨਹੀਂ ਕਹਾ, ਐ ਕਿਵੇਂ ਹਾਲ ਹੈ ਯਾਰ, ਮੱਖਣ ਸਾਡਾ ਸਾਹਮਣੇ ਨਹੀਂ ਆਉਂਦਾ ਪਿਆ, ਮੱਖਣ ਯਾਰ ਸਾਡਾ ਗੋਦਾ ਆਪ ਤਕਲੀਫ ਕੀਤੀ ਉਹਦੇ, ਉਹ ਸ਼ਾਪਰ ਪਟਾ ਹੀ ਖੜੇ ਮੈਂ, ਗੁੱਸਾ ਨਾ ਕਰੇ ਧੋਲੇ ਚਾਹੀਦੀ ਹੁਣ ਹੀ ਨਾ ਬੀਟੋ, ਅੱਛਾ ਚਲੋ ਆਏ, ਖੈਰ ਹੋਈ ਸ਼ੇਰ ਦਾ ਬੱਚਾ।